ਬਰਾੜ ਸਾਹਿਬ ਦੀ ਨਰਸਰੀ ਦੇ ਵਿੱਚ ਆਪਾਂ ਆਏ ਆ। ਇਹਨਾਂ ਕੋਲੇ ਸਾਰੇ ਕਲਰਾਂ ਦਾ ਗੁਲਾਬ ਆ, ਜਿਹਨੂੰ ਅੰਗਰੇਜ਼ੀ ਗੁਲਾਬ ਵੀ ਕਹਿ ਦਿੰਦੇ ਆ। ਆਪਾਂ ਲੈਨੇ ਆ ਜਾਣਕਾਰੀ ਵੀ ਇਹ ਜਿਹੜਾ ਸਾਰੇ ਕਲਰਾਂ ਦਾ ਤੁਸੀਂ ਗੁਲਾਬ ਆ ਕਿਸ ਤਰ੍ਹਾਂ ਤਿਆਰ ਕਰਦੇ ਆ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ, ਤੇ ਤੁਸੀਂ ਜੀ ਇਹ ਜਿਹੜਾ ਗੁਲਾਬ ਆ ਇਹਨੂੰ ਕਿਹੜੇ ਤਰੀਕੇ ਨਾਲ ਜਿਹੜਾ ਤੁਸੀਂ ਇਹ ਅੱਡੋ ਅੱਡ ਕਲਰ ਤੁਸੀਂ ਇਹਦੇ ਤੇ ਲਿਆਉਨੇ ਆ, ਇਹਦੇ ਬਾਰੇ ਦਿਓ ਜਾਣਕਾਰੀ। ਇਹ ਪਹਿਲਾਂ ਦੇਸੀ ਕਲਮਾਂ ਲੱਗਣੀਆਂ ਜੀ। ਅੱਛਾ ਜੀ, ਦੇਸੀ ਗੁਲਾਬ ਜਿਹੜਾ ਜਿਹਦੇ ਤੋਂ ਗੁਲਕੰਦ ਬਣਦੀ ਹੈ, ਮਤਲਬ ਉਹਦੀਆਂ ਦੇਸੀ ਕਲਮਾਂ ਜਨਵਰੀ ਦੇ ਵਿੱਚ ਲਾ ਕੇ ਉਹਨੂੰ ਤਿਆਰ ਕੀਤਾ ਜਾਂਦਾ। ਉਹ ਪਰਲੇ ਪਾਸੇ ਆਪਣੀਆਂ ਲੱਗੀਆਂ ਹੋਈਆਂ ਕਲਮਾਂ। ਅੱਛਾ ਜੀ, ਤੇ ਇਹਨੂੰ ਫਿਰ 9ਵੇਂ ਜਾਂ 10ਵੇਂ ਮਹੀਨੇ 'ਚ ਇਹਨੂੰ ਪਿਉਂਦ ਕਰਦੇ ਹਾਂ। ਇਹ ਸਾਡਾ ਮਦਰ ਪਲਾਟ ਲੱਗਿਆ ਹੋਇਆ, ਠੀਕ ਹੈ। ਇਹਦੇ 'ਚ ਮਤਲਬ ਘੱਟ ਘੱਟ 14-15 ਵਰਾਇਟੀਆਂ ਅਲੱਗ ਅਲੱਗ, ਮਤਲਬ ਵੀ ਕਲਰ ਦੀਆਂ ਅਲੱਗ ਅਲੱਗ ਮਤਲਬ ਵੀ ਵਰਾਇਟੀਆਂ। ਤੇ ਇਹਨਾਂ ਤੋਂ ਅਸੀਂ ਟਾਹਣੀਆਂ ਲੈ ਕੇ, ਇਹਨਾਂ ਤੋਂ ਅੱਖਾਂ ਲੈ ਕੇ ਤੇ ਅੱਗੇ ਤਿਆਰ ਕਰਦੇ ਆ, ਜਿਵੇਂ ਆ ਸਾਰੀਆਂ ਟਾਹਣੀਆਂ ਅੱਖਾਂ ਵਾਲੀਆਂ ਜੀ। ਠੀਕ ਹੈ ਜੀ। ਤੇ ਇਹਨੂੰ ਤਿਆਰ ਕਰਕੇ ਫਿਰ ਮਤਲਬ ਵੀ ਇਹਦੇ ਤੋਂ ਇੰਗਲਿਸ਼ ਗੁਲਾਬ ਤਿਆਰ ਕਰਦੇ ਹਾਂ। ਬਾਕੀ ਅਸੀਂ ਮਤਲਬ ਸਾਰੇ ਪੰਜਾਬ ਦੇ ਵਿੱਚ ਕੀ ਬਾਹਰ ਵੀ ਰਾਜਸਥਾਨ, ਹਰਿਆਣਾ, ਹਿਮਾਚਲ ਸਾਡਾ ਗੁਲਾਬ ਜਾਂਦਾ। ਇੱਥੋਂ ਇੱਥੋਂ ਥੋਕ ਦੇ ਵਿੱਚ ਹੀ ਜਾਂਦਾ, ਜਿਹੜੇ ਨਰਸਰੀ ਵਾਲੇ ਲੈ ਕੇ ਜਾਂਦੇ। ਬਾਕੀ ਇਹ ਮਤਲਬ ਗੁਲਾਬ ਆ ਜਿਹੜਾ ਗੁਲਕੰਦ ਤੇ ਕੰਮ ਨਹੀਂ ਆਉਂਦਾ, ਤੇ ਬਾਕੀ ਇਹ ਡੈਕੋਰੇਸ਼ਨ ਵਾਸਤੇ ਬਹੁਤ ਵਧੀਆ ਗੁਲਾਬ ਹੈ। ਘਰਾਂ ਦੇ ਵਿੱਚ ਜਿਹੜੀ ਆਪਾਂ ਡੈਕੋਰੇਸ਼ਨ ਉਹਦੇ ਵਾਸਤੇ ਵੀ ਕਰਦੇ ਹਾਂ ਘਰਾਂ ਦੇ ਵਿੱਚ, ਬਾਕੀ ਕਿਸੇ ਨੂੰ ਗਿਫਟ ਦੇਣਾ, ਗੁਲਦਸਤਾ ਬਣਾ ਕੇ ਦੇਣਾ, ਉਹ ਚੀਜ਼ਾਂ ਮਤਲਬ ਇਹਦੇ ਤੋਂ ਤਿਆਰ ਹੁੰਦੀਆਂ। ਠੀਕ ਹੈ ਜੀ। ਤਾਂ ਇਹ ਜਿਹੜਾ ਤੁਸੀਂ ਮਤਲਬ ਕਿ ਇੱਥੇ ਥੋਕ ਦੇ ਰੇਟ 'ਚ ਹੀ ਸਾਰਾ ਤੁਸੀਂ ਦਿੰਨੇ ਆ, ਆਪ ਨਹੀਂ ਦਿੰਦੇ ਸਪਲਾਈ ਕਰਦੇ? ਨਹੀਂ, ਆਪ ਨਹੀਂ। ਠੀਕ ਆ। ਤੁਹਾਡੇ ਤੋਂ ਤਕਰੀਬਨ ਜਿਹੜੀਆਂ ਨਰਸਰੀਆਂ ਵਾਲੇ ਲੈ ਕੇ, ਤੁਸੀਂ ਕੀ ਰੇਟ ਦਿੰਨੇ ਆ? ਤੇ ਉਹ ਤਾਂ ਫਿਰ ਬਹੁਤ ਮਹਿੰਗਾ ਦਿੰਦੇ ਆ। ਇਹ 25-30 ਰੁਪਏ ਮਤਲਬ ਸਾਡਾ ਚੱਲਦਾ ਇੱਥੇ, ਇੱਥੇ ਚੱਲਦਾ ਉਹ ਤਾਂ ਤਕਰੀਬਨ ਮਤਲਬ 100 ਵੀ ਲਾ ਲੈਂਦੇ। ਇਹਦੇ ਵਿੱਚ ਅਸੀਂ ਡਬਲ ਕਲਰ ਵੀ ਤਿਆਰ ਕਰਦੇ ਆ, ਇੱਕ ਬੂਟੇ ਤੇ 4-4-5-5 ਵਰਾਇਟੀਆਂ ਵੀ ਚੜਾ ਦੇ ਦੀਆਂ, ਜਿਵੇਂ ਪੀਲਾ ਹੋ ਗਿਆ, ਚਿੱਟਾ ਹੋ ਗਿਆ, ਗੁਲਾਬੀ ਹੋ ਗਿਆ, ਨਾਭੀ ਹੋ ਗਿਆ, ਇਸ ਤਰ੍ਹਾਂ ਦੀਆਂ ਮਤਲਬ ਵੀ ਵਰਾਇਟੀਆਂ ਚੜਾ ਕੇ ਉਹਨੂੰ ਮਤਲਬ ਡਬਲ ਚ ਵੇਚਦੇ ਆ ਅਸੀਂ। ਠੀਕ ਹੈ, ਠੀਕ ਹੈ। ਕਈ ਵਰਾਇਟੀਆਂ ਮਤਲਬ ਡਬਲ, ਉਹ ਜਿਹੜਾ ਤੁਸੀਂ ਡਬਲ ਚ ਵੇਚਦੇ ਹੋ ਫਿਰ ਉਹਦਾ? ਹਾਂ, ਉਹਦਾ ਡਬਲ ਚਾਰਜ ਮਤਲਬ ਵੀ ਜੇ ਇੱਕ ਬੂਟੇ ਦਾ ਮਤਲਬ 25 ਰੁਪਏ ਹੈ ਤੇ ਜੇ 4 ਕਲਰ ਦਾ ਤਾਂ 100 ਰੁਪਏ ਦਾ ਬੂਟਾ। ਠੀਕ ਹੈ ਜੀ। ਇੱਕੋ ਫੁੱਲ ਦੇ ਵਿੱਚ 4 ਕਲਰ ਆਉਂਦੇ ਆ? ਨਾ, ਇੱਕ ਬੂਟੇ ਤੇ। ਅੱਛਾ, ਇੱਕ ਬੂਟੇ ਤੇ। ਹਾਂ, ਠੀਕ ਹੈ ਜੀ। ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਮਦਰ ਪਲਾਟ ਲੱਗਾ ਹੋਇਆ ਇਹ ਸ਼ਾਮੇ ਇਹਨਾਂ ਦਾ ਤਕਰੀਬਨ ਲਾਇਆ ਵੀ ਕਾਂ ਇਹਨਾਂ ਦੀ ਕਲਮ ਤਿਆਰ ਕਰਨੀ ਹੈ। ਤਾਂ ਤੁਸੀਂ ਕਲਰ ਦੇਖ ਸਕਦੇ ਹੋ, ਸਾਰੇ ਕਲਰ ਆ, ਫਿੱਕਾ ਇਹ ਥੋੜਾ ਜਿਹਾ ਗੂੜਾ, ਥੋੜਾ ਜਿਹਾ ਪੀਲਾ, ਆ ਵਾਈਟ ਚ ਆ ਗਿਆ, ਸਾਰੇ ਕਲਰ ਹੀ ਇਹਨਾਂ ਦੇ ਤਕਰੀਬਨ ਇੱਥੇ ਲੱਗੇ ਹੋਏ ਆ। ਤਾਂ ਬਹੁਤ ਵਧੀਆ ਤਰੀਕੇ ਨਾਲ ਇਹ ਕਲਮਾਂ ਜਿਹੜੀਆਂ ਪੇਂਤ ਕਰਕੇ ਤੇ ਸਪਲਾਈ ਦਿੰਦੇ ਆ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਆ, ਵਾਈਟ ਕਲਰ ਚ ਸਾਰੇ ਕਲਰ ਹੀ ਆ। ਕਿੰਨੇ ਕਲਰ ਆ ਜੀ ਬਰਾੜ ਸਾਹਿਬ ਆਪਣੇ ਕੋਲੇ? 15-16 ਵਰਾਇਟੀਆਂ ਹੈਗੀਆਂ ਇੱਥੇ। ਠੀਕ ਹੈ, ਠੀਕ ਹੈ। ਤਾਂ ਬਹੁਤ ਸੋਹਣੇ ਆ ਆਹ ਜਿਹੜੀਆਂ ਹੁਣ ਇਦੋਂ ਬਾਅਦ ਜਿਹੜੀਆਂ ਡੋਡੀਆਂ ਆ ਰਹੀਆਂ ਫੁੱਲਾਂ ਵਾਲੀਆਂ, ਇਹਨਾਂ ਦਾ ਫਿਰ ਕੀ ਕਰੋਗੇ? ਨਹੀਂ, ਇਹ ਤਾਂ ਹੁਣ ਮਤਲਬ ਅਸੀਂ ਤਾਂ ਇਹਨਾਂ ਦੀਆਂ ਟਾਹਣੀਆਂ ਲੈਣੀਆਂ ਹੁੰਦੀਆਂ, ਇਹਨਾਂ ਜਿੰਨੀ ਅੱਖ ਲੈਣੀ ਹੈ ਉਹ ਮਤਲਬ ਚਾਹੀਦੀ ਹੈ ਫੁੱਲਾਂ ਦੀ, ਉਨੀ ਨਹੀਂ ਮਤਲਬ ਵੀਰ। ਠੀਕ, ਉਹ ਤਾਂ ਫੁੱਲਾਂ ਤੋਂ ਤਾਂ ਵਰਾਇਟੀ ਦਾ ਪਤਾ ਲੱਗਦਾ ਵੀ ਇਹ ਆਹ ਵਰਾਇਟੀ ਹੈ ਇਹਦੇ। ਠੀਕ ਹੈ, ਉਂਝ ਤਾਂ ਫਿਰ ਮਤਲਬ ਉੱਤੋਂ ਫੁੱਲ ਨਾ ਹੋਵੇ ਤਾਂ ਵਰਾਇਟੀ ਦਾ ਪਤਾ ਨਹੀਂ ਲੱਗਦਾ। ਠੀਕ ਆ। ਤਾਂ ਦੋਸਤੋ ਆਪਾਂ ਲਈ ਆ ਗੁਲਾਬ ਬਾਰੇ ਜਾਣਕਾਰੀ, ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਹੋਰ ਸਾਈਡ ਤੁਸੀਂ ਆਓਗੇ ਬਰਾੜ ਨਰਸਰੀ ਦੇ ਵਿੱਚੋਂ ਆਪਾਂ ਤੁਸੀਂ ਲੈ ਸਕਦੇ ਹੋ ਕਲਰ। ਤੇ ਇਹਨਾਂ ਦਾ ਆਪਾਂ ਵੀਡੀਓ ਦੇ ਵਿੱਚ ਨੰਬਰ ਵੀ ਮੈਂਸ਼ਨ ਕਰਾਂਗੇ। ਤਾਂ ਦੋਸਤੋ